ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਆ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਵੀਜ਼ਾ ਐਕਸਪਰਟ ਜੀਪੀ ਸਿੰਘ ਜੀ ਇੱਕ ਵਾਰ ਫਿਰ ਤੋਂ ਸਾਡੇ ਸਟੂਡੀਓ ਵਿੱਚ ਹਾਜ਼ਰ ਨੇ। ਅੱਜ ਉਹਨਾਂ ਬੱਚਿਆਂ ਬਾਰੇ ਗੱਲਬਾਤ ਕਰਾਂਗੇ ਜਿਹੜੇ ਬੱਚੇ 5.5 ਬੈਂਡ ਤੇ ਕੈਨੇਡਾ ਤੇ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੇ ਨੇ, ਨਿਊਜ਼ੀਲੈਂਡ ਲਈ ਉਹਨਾਂ ਕੋਲ ਫੰਡ ਨਹੀਂ ਪਏ, ਅਮਰੀਕਾ ਦੀ ਇੰਟਰਵਿਊ ਦਾ ਸਾਹਮਣਾ ਕਰ ਨਹੀਂ ਪਾ ਰਹੇ। ਅੱਜ ਪੰਜਾਬ ਦੇ ਕੰਸਲਟੈਂਟ ਯੂਕੇ ਵੱਲੋਂ ਜਿਹੜਾ ਉਹ ਰੁੱਖ ਕਰ ਗਏ ਨੇ। ਕੈਂਬਰਿਜ ਅਕੈਡਮੀ ਦੀ ਗੱਲ ਕਰ ਲਈਏ ਤਾਂ ਸ਼ੁਰੂਆਤ ਹੀ ਯੂਕੇ ਤੋਂ ਕੀਤੀ ਸੀ। ਬਹੁਤ ਸਾਰੇ ਕਾਲਜਿਸ ਯੂਨੀਵਰਸਿਟੀ ਨਾਲ ਸਿੱਧੇ ਤੌਰ 'ਤੇ ਤਾਲੁਕਾਤ ਸੀ, ਬਹੁਤ ਬੱਚੇ ਯੂਕੇ ਭੇਜੇ ਵੀ, ਯੂਕੇ ਬੰਦ ਹੋ ਗਿਆ ਅਤੇ ਕੈਨੇਡਾ ਨੂੰ ਤੁਰੇ। ਕੈਨੇਡਾ ਦੇ ਵਿੱਚ SPP ਆਇਆ, ਉਸ ਤੋਂ ਬਾਅਦ ਆਸਟ੍ਰੇਲੀਆ ਵਿੱਚ ਨੂੰ ਤੁਰੇ, ਉਸ ਤੋਂ ਬਾਅਦ ਨਿਊਜ਼ੀਲੈਂਡ ਬੱਚੇ ਭੇਜੇ, ਸਿੰਗਾਪੁਰ ਭੇਜੇ, ਸਾਈਪ੍ਰਸ ਭੇਜੇ। ਅੱਜ ਇੱਕ ਵਾਰ ਫਿਰ ਤੋਂ ਯੂਕੇ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਯੂਕੇ ਨੇ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਨੇ। ਹੁਣੇ ਆਪਦੀ ਰਿਕਾਰਡਿੰਗ ਨਾਲ ਗੱਲ ਹੋ ਰਹੀ ਸੀ ਕਿ ਬਹੁਤ ਸਾਰੇ ਯੂਕੇ ਦੇ ਵੀਜ਼ੇ ਅਪਰੂਵ ਵੀ ਹੋ ਚੁੱਕੇ ਨੇ। ਅੱਜ ਪੰਜਾਬ ਦਾ ਬੱਚਾ ਜਿਹੜਾ ਯੂਕੇ ਜਾਣਾ ਚਾਹੁੰਦਾ ਹੈ ਉਹਦੇ ਲਈ ਕੀ ਰਿਕੁਆਇਰਮੈਂਟਸ ਰਹਿਣਗੀਆਂ, ਯੂਕੇ ਜਾ ਕੇ ਕੀ ਬੱਚੇ ਦਾ ਭਵਿੱਖ ਰਹੇਗਾ, ਖਰਚਾ ਕਿੰਨਾ ਖੋਜੇਗਾ, ਕੀ ਬੱਚੇ ਨੂੰ ਪੜ੍ਹਾਈ ਤੋਂ ਬਾਅਦ ਵਾਪਸ ਆਉਣਾ ਪਊਗਾ ਜਾਂ ਕੋਈ ਸੈਟਲਮੈਂਟ ਦੀ ਆਪਸ਼ਨਸ ਨੇ, ਇਹਨਾਂ ਤਮਾਮ ਗੱਲਾਂ 'ਤੇ ਚਰਚਾ ਕਰਾਂਗੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਵੀਜ਼ਾ ਐਕਸਪਰਟ ਜੀਪੀ ਸਿੰਘ ਹੋਣਾਂ ਦੇ ਨਾਲ। ਜੀਪੀ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸੋ ਇੱਕ ਦੌਰ ਸੀ ਯੂਕੇ ਦਾ, ਤਾਂ ਪਿੰਡਾਂ ਦੇ ਪਿੰਡ ਯੂਕੇ ਪਹੁੰਚ ਗਏ, ਟਰਾਲੀਆਂ ਭਰ ਭਰ ਕੇ ਯੂਕੇ ਪਹੁੰਚ ਗਏ, ਜਿਨ੍ਹਾਂ ਨੇ ਐਲਿਟਸ ਨਹੀਂ ਕੀਤੀ ਸੀ ਉਹ ਵੀ ਯੂਕੇ ਪਹੁੰਚ ਗਏ, ਜਿਨ੍ਹਾਂ ਨੇ 5 ਮਿੰਟ ਕੀਤੇ ਸੀ ਉਹ ਵੀ ਯੂਕੇ ਪਹੁੰਚ ਗਏ, ਜਿਨ੍ਹਾਂ ਦੀ ਉਮਰ 40 ਸਾਲ ਸੀ ਉਹ ਵੀ ਪੜ੍ਹਾਈ ਵੀਜ਼ਾ 'ਤੇ ਯੂਕੇ ਪਹੁੰਚ ਗਏ, ਅਤੇ ਜਿਹੜੇ 18-20 ਸਾਲ ਦੇ ਸੀ ਉਹ ਵੀ ਯੂਕੇ ਪਹੁੰਚ ਗਏ। ਇੰਨਾ ਕੁ ਵੱਡੀ ਤਾਦਾਦ ਦੇ ਵਿੱਚ ਯੂਕੇ ਬੱਚਾ ਪਹੁੰਚਿਆ। ਉਸ ਤੋਂ ਬਾਅਦ ਹੋਲੀਡੇ ਮੇਕਰ ਵੀਜ਼ਾ ਜਿਹੜਾ ਆਇਆ ਉਦੋਂ ਲੋਕ ਜਾਣ ਲੱਗੇ ਯੂਕੇ, ਫਿਰ ਥੋੜ੍ਹਾ ਜਿਹਾ ਯੂਕੇ ਬੰਦ ਰਿਹਾ, ਉਸ ਤੋਂ ਬਾਅਦ ਸਟੂਡੈਂਟ ਵਿਜ਼ਿਟਰ 'ਤੇ ਜਾਣ ਲੱਗੇ ਬੱਚੇ, ਪੰਜਾਬ ਤੋਂ 15-20 ਬੱਚੇ ਉੱਥੇ ਸਟੂਡੈਂਟ ਵਿਜ਼ਿਟਰ 'ਤੇ ਵੀ ਗਏ। ਫਿਰ ਯੂਕੇ ਨੂੰ ਸਮਝ ਆਉਣ ਲੱਗ ਗਈ ਅਤੇ ਯੂਕੇ ਨੇ ਇੱਕਦਮ ਵੀਜ਼ੇ ਬੰਦ ਕਰ ਦਿੱਤੇ। 6-6.5 ਬੈਂਡ ਵਾਲਿਆਂ ਨੂੰ ਵੀਜ਼ੇ ਦੇਣੇ ਸ਼ੁਰੂ ਕੀਤੇ, ਪਰ 6-6.5 ਬੈਂਡ ਜਿਹਦੇ ਬੱਚੇ ਦੇ ਆਉਂਦੇ ਸੀ ਉਹ ਬੱਚਾ ਕੈਨੇਡਾ ਅਤੇ ਆਸਟ੍ਰੇਲੀਆ ਵੱਲੋਂ ਜਾਂਦਾ ਸੀ, ਯੂਕੇ ਨਹੀਂ ਜਾਂਦਾ ਸੀ ਕਿਉਂਕਿ ਯੂਕੇ ਪੜ੍ਹ ਕੇ ਬੱਚੇ ਨੂੰ ਵਾਪਸ ਆਉਣਾ ਪੈਂਦਾ ਸੀ, ਕੰਮ ਕਰਨ ਦੇ ਰਾਈਟਸ ਨਹੀਂ ਸੀ। ਪਰ ਹੁਣ ਇੱਕ ਵਾਰ ਫਿਰ ਤੋਂ ਯੂਕੇ ਦੀ ਪ੍ਰਮੋਸ਼ਨ ਬਹੁਤ ਜ਼ਿਆਦਾ ਹੋ ਗਈ, ਕੀ ਕਾਰਨ ਹੈ? ਬੱਚਿਆਂ ਨੂੰ ਘੱਟ ਬੈਂਡ 'ਤੇ ਬੁਲਾ ਰਹੇ ਆ, ਬੱਚਿਆਂ ਨੂੰ ਲੋ ਬੈਂਡ 'ਤੇ ਬੁਲਾ ਰਹੇ ਆ, ਜਾਂ ਇੰਟਰਵਿਊਆਂ ਬੰਦ ਕਰ ਦਿੱਤੀਆਂ, ਜਾਂ ਫਿਰ ਬੱਚੇ ਨੂੰ ਸੈਟਲਮੈਂਟ ਦੀ ਆਪਸ਼ਨ ਦੇ ਦਿੱਤੀ ਹੈ, ਪੈਸਾ ਕਮਾਉਣ ਦੀ ਆਪਸ਼ਨ ਦੇ ਦਿੱਤੀ ਹੈ, ਕੀ ਕਾਰਨ ਕੀ ਯੂਕੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਨੂੰ ਇਨਵਾਈਟ ਕਰ ਰਹੇ ਆ? ਜੀ, ਯੂਕੇ ਜਾਣ ਵਾਲੇ ਵਿਦਿਆਰਥੀਆਂ ਲਈ ਬਹੁਤ ਹੀ ਵੱਡੀ ਖਬਰ ਹੈਗੀ ਆ, ਬਹੁਤ ਖੁਸ਼ਖਬਰੀ ਦੀ ਗੱਲ ਹੈਗੀ ਆ। ਸੋ ਜਿਹੜੇ ਵਿਦਿਆਰਥੀ ਯੂਕੇ ਯਾਨੀ ਕਿ ਵਿਲਾਇਤ ਜਾਣਾ ਚਾਹੁੰਦੇ, ਲੰਡਨ ਜਾਣਾ ਚਾਹੁੰਦੇ ਆ, ਜਿਨ੍ਹਾਂ ਦੇ ਆਇਲਸ ਦੇ ਵਿੱਚੋਂ 5.5 ਈਚ ਬੈਂਡ ਹੈਗੇ ਨੇ, ਉਹ ਯੂਕੇ ਜਾ ਸਕਦੇ ਹੈਗੇ ਨੇ, ਔਰ ਯੂਕੇ ਦੀ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈ ਕੇ ਆਪਣਾ ਯੂਕੇ ਦੇ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਸਕਦੇ ਆ। ਸੋ ਵਿਦਾਊਟ ਆਇਲਸ ਵੀ ਯੂਕੇ ਦੇ ਵਿੱਚ ਆਪਸ਼ਨ ਹੈਗੀ ਆ। ਵਿਦਾਊਟ ਆਇਲਸ ਲਈ ਰਿਕੁਆਇਰਮੈਂਟ ਕੀ ਹੈ ਕਿ ਜੇਕਰ ਤੁਹਾਡੇ ਇੰਗਲਿਸ਼ ਦੇ ਵਿੱਚੋਂ 65% ਨੰਬਰ, ਓਵਰਆਲ ਨਹੀਂ ਸਿਰਫ ਇੰਗਲਿਸ਼ ਸਬਜੈਕਟ 'ਚੋਂ 65% ਨੰਬਰ ਨੇ, ਤਾਂ ਤੁਸੀਂ ਵਿਦਾਊਟ ਆਇਲਸ ਯੂਕੇ ਦੇ ਵਿੱਚ ਅੱਜ ਜਾ ਸਕਦੇ ਹੋ। ਕਿਸੇ ਤਰ੍ਹਾਂ ਦੀ ਵੀ ਇੰਟਰਵਿਊ ਜਿਹੜੀ ਹੈਗੀ ਐਮਬੈਸੀ ਵੱਲੋਂ ਨਹੀਂ ਲਈ ਜਾਏਗੀ। ਅੱਜ ਵੀਜ਼ਾ ਜਿਹੜਾ ਉਹ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਆ ਰਿਹਾ ਹੈਗਾ। ਜੇ ਮੈਂ ਗੱਲ ਕਰਾਂ ਰਿਕੁਆਇਰਮੈਂਟ ਦੀ, ਤਾਂ ਤੁਹਾਨੂੰ ਮੈਂ ਆਲਰੇਡੀ ਦੱਸਿਆ ਕਿ 65% ਇੰਗਲਿਸ਼ 'ਚੋਂ ਨੰਬਰ ਚਾਹੀਦੇ ਆ, ਅਤੇ 28 ਦਿਨ ਪੁਰਾਣੇ ਫੰਡ ਤੁਹਾਡੇ ਖਾਤੇ 'ਚ ਯਾਨੀ ਕਿ ਬੱਚੇ ਦੇ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਆ, 15 ਲੱਖ ਰੁਪਈਆ ਚਾਹੀਦਾ ਹੈਗਾ। ਤੁਸੀਂ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਤੋਂ ਪੈਸੇ ਫੜ ਕੇ 1 ਮਹੀਨੇ ਲਈ ਆਪਣੇ ਅਕਾਊਂਟ 'ਚ ਪਾ ਕੇ ਅਤੇ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਜਾ ਸਕਦੇ ਹੈਗੇ ਹੋ। ਕਿਸੇ ਤਰ੍ਹਾਂ ਦਾ ਸੋਰਸ ਆਫ ਇਨਕਮ ਨਹੀਂ ਚਾਹੀਦਾ, ਪੈਸਾ ਕਿੱਥੋਂ ਆਇਆ, ਕਿਸੇ ਤਰ੍ਹਾਂ ਦੀ ITR ਨਹੀਂ ਚਾਹੀਦੀ। ਦੋ ਹੀ ਚੀਜ਼ਾਂ ਚਾਹੀਦੀਆਂ, ਇੱਕ ਯੂਨੀਵਰਸਿਟੀ ਦੀ ਕੈਸ਼ ਲੈਟਰ ਅਤੇ ਇੱਕ 28 ਦਿਨ ਪੁਰਾਣੇ ਫੰਡ। ਜਿਹੜਾ ਕੈਸ਼ ਲੈਟਰ ਹੈਗਾ ਉਹਦੇ 30 ਪੁਆਇੰਟ ਮਿਲਦੇ ਨੇ, ਜਿਹੜਾ ਤੁਹਾਡਾ ਜਿਹੜਾ ਹੈਗਾ ਫੰਡ ਆ ਉਹਦੇ 10 ਪੁਆਇੰਟ ਮਿਲਦੇ, ਯਾਨੀ ਕਿ ਟੋਟਲ ਤੁਹਾਨੂੰ ਯੂਕੇ ਦਾ ਵੀਜ਼ਾ ਲੈਣ ਲਈ 40 ਪੁਆਇੰਟ ਪੂਰੇ ਕਰਨੇ ਪੈਣਗੇ। ਸੋ ਜਿਹੜੇ ਬੱਚੇ 40 ਪੁਆਇੰਟ ਪੂਰੇ ਕਰਦੇ ਨੇ ਉਹਨੂੰ ਇਸ ਵੇਲੇ ਯੂਕੇ ਜਿਹੜਾ ਉਹ ਵੀਜ਼ਾ ਦੇ ਰਿਹਾ ਹੈਗਾ। ਸੋ ਸਾਡੀ ਕੁਛ ਦਿਨ ਪਹਿਲਾਂ ਮੀਟਿੰਗਸ ਵੀ ਹੋਈ ਸੀ ਉੱਥੇ, ਮੀਟਿੰਗ ਦੇ ਦਰਮਿਆਨ ਇੱਕ ਬ੍ਰਿਟਿਸ਼ ਹਾਈ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਸੋ ਉਹਨਾਂ ਨੇ ਵੀ ਸਾਨੂੰ ਦੱਸਿਆ ਹੈਗਾ ਕਾਫੀ ਚੀਜ਼ਾਂ ਕਿ ਆਉਣ ਵਾਲਾ ਸਮਾਂ ਜਿਹੜਾ ਯੂਕੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਬਹੁਤ ਵਧੀਆ ਹੋਏਗਾ। ਸੋ ਕੁਛ ਦਿਨ ਪਹਿਲਾਂ ਹੀ ਯੂਕੇ ਗੌਰਮੈਂਟ ਨੇ ਇਹ ਵੀ ਅਨਾਊਂਸ ਕਰ ਦਿੱਤਾ ਕਿ ਜਿਹੜੇ ਵੀ ਵਿਦਿਆਰਥੀ ਉੱਥੇ ਪੜ੍ਹਾਈ ਕਰਨ ਆਉਣਗੇ ਉਹਨੂੰ ਪੜ੍ਹਾਈ ਕਰਨ ਤੋਂ ਬਾਅਦ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਜਿਹੜਾ ਉਹ ਦਿੱਤਾ ਜਾਏਗਾ। ਮੈਂ ਸਮਝਦਾ ਕਿ ਪਹਿਲਾਂ ਸਿਰਫ ਯੂਕੇ ਸਿਰਫ ਪੜ੍ਹਾਈ ਕਰਨ ਹੀ ਜਾ ਸਕਦੇ ਸੀ, ਪੜ੍ਹਾਈ ਤੋਂ ਬਾਅਦ ਤੁਹਾਨੂੰ ਉੱਥੇ ਸਟੇਅ ਕਰਨ ਦਾ ਜਿਹੜਾ ਕੋਈ ਵੀ ਮੌਕਾ ਨਹੀਂ ਦਿੰਦੀ ਉੱਥੋਂ ਦੀ ਸਰਕਾਰ, ਯਾਨੀ ਕਿਸੇ ਤਰ੍ਹਾਂ ਦਾ ਪੋਸਟ ਸਟੱਡੀ ਵਰਕ ਪਰਮਿਟ ਨਹੀਂ ਸੀ ਮਿਲਦਾ। ਹੁਣ ਯੂਕੇ ਗੌਰਮੈਂਟ ਨੇ ਅਨਾਊਂਸ ਕਰ ਦਿੱਤਾ ਹੈਗਾ ਕਿ ਪੜ੍ਹਾਈ ਤੋਂ ਬਾਅਦ ਤੁਹਾਨੂੰ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਦਿੱਤਾ ਜਾਊਗਾ। ਅਤੇ ਯੂਕੇ ਜਾਣ ਵਾਲੇ ਵਿਦਿਆਰਥੀ ਜਿਨ੍ਹਾਂ ਨੇ ਆਇਲਸ ਨਹੀਂ ਕੀਤੀ, ਉਹਨਾਂ ਦੇ ਸਟੱਡੀ ਦੇ ਵਿੱਚ 3 ਤੋਂ 4 ਸਾਲ ਦਾ ਗੈਪ ਪੈ ਚੁੱਕਾ ਹੈਗਾ, ਜਾਂ ਜਿਨ੍ਹਾਂ ਦੇ
ਰਿਫਿਊਜ਼ਲ ਹੋਈਆਂ ਨੇ ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਅੱਜ ਉਹ ਵਿਦੇਸ਼ ਜਾਣਾ ਚਾਹੁੰਦੇ ਆ, ਯੂਕੇ ਜਾ ਕੇ ਪਾਉਂਡ ਕਮਾਉਣਾ ਚਾਹੁੰਦੇ ਆ, ਉਹਨਾਂ ਲਈ ਸੁਨਹਿਰੀ ਮੌਕਾ ਹੈਗਾ। ਉਹ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਆਫਿਸ ਆਉਣ, ਅੰਮ੍ਰਿਤਸਰ ਅਤੇ ਜਲੰਧਰ ਬ੍ਰਾਂਚ ਦੇ ਵਿੱਚ ਤੁਸੀਂ ਆ ਕੇ ਆਪਣਾ ਕੇਸ ਅਪਲਾਈ ਕਰ ਸਕਦੇ ਹੋ। ਸੋ ਇੱਕ ਹਫ਼ਤੇ ਦੇ ਵਿੱਚ ਵਿੱਚ ਆਫਰ ਲੈਟਰ ਆ ਜਾਏਗੀ, ਉਸ ਤੋਂ ਬਾਅਦ ਤੁਸੀਂ ਆਪਣੇ ਫੰਡ ਦਿਖਾ ਕੇ ਆਪਣਾ ਕੈਸ਼ ਲੈਟਰ ਲਈ ਫੀਸ ਪੇ ਕਰੋ ਅਤੇ ਆਪਣਾ ਵੀਜ਼ਾ ਅਪਲਾਈ ਕਰਕੇ ਤੁਸੀਂ ਜਿਹੜਾ ਹੈਗਾ ਉਹ ਯੂਕੇ ਜਾ ਸਕਦੇ ਹੋ। ਜੀ, ਸੋ ਯੂਕੇ ਦੇ ਵਿੱਚ ਬੱਚਾ ਜਦੋਂ ਜਾਂਦਾ 12ਵੀਂ ਪਾਸ, ਅੰਡਰ ਗ੍ਰੈਜੂਏਟ ਬੱਚਾ ਜਾਂਦਾ, ਤਾਂ ਕਿੰਨੀ ਕੁ ਪੜ੍ਹਾਈ ਕਰਨੀ ਪਊ ਬੱਚੇ ਨੂੰ, ਕਿੰਨੇ ਸਾਲਾਂ ਦੀ ਸਟੱਡੀ ਹੋਊਗੀ? ਜਿਹੜੇ ਵਿਦਿਆਰਥੀ ਪਲੱਸ ਟੂ ਪਾਸ ਨੇ ਉਹਨਾਂ ਨੂੰ ਬੈਚਲਰ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਮਿਲੇਗੀ ਯੂਨੀਵਰਸਿਟੀ ਦੇ ਵਿੱਚ। ਸੋ ਬੈਚਲਰ ਡਿਗਰੀ ਦੀ ਗੱਲ ਕਰਾਂ ਤਾਂ 3 ਤੋਂ 4 ਸਾਲ ਦੀ ਬੈਚਲਰ ਡਿਗਰੀ ਹੈਗੀ ਹੈ। ਡਿਊਰਿੰਗ ਸਟੱਡੀ ਤੁਸੀਂ 20 ਘੰਟੇ ਕੰਮ ਕਰ ਸਕਦੇ ਹੋ, ਸਟੱਡੀ ਤੋਂ ਬਾਅਦ ਤੁਹਾਨੂੰ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਜਿਹੜਾ ਉਹ ਮਿਲੇਗਾ, ਯਾਨੀ ਕਿ ਟੋਟਲ ਤੁਹਾਡੇ ਕੋਲ 5 ਤੋਂ 6 ਸਾਲ ਦਾ ਸਮਾਂ ਜਿਹੜਾ ਉਹ ਉੱਥੇ ਯੂਕੇ ਦੇ ਵਿੱਚ ਤੁਸੀਂ ਸਪੈਂਡ ਕਰ ਸਕਦੇ ਹੋ। ਸੋ ਜਿਹੜੇ ਵਿਦਿਆਰਥੀ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਆ, ਜਿਹੜੇ ਗ੍ਰੈਜੂਏਟ ਨੇ ਜਾਂ BA ਕੀਤੀ, BEd ਕੀਤੀ ਹੈ ਜਾਂ ਮਾਸਟਰ ਡਿਗਰੀ ਕੀਤੀ ਹੈ, ਆਪਣੇ ਸਪਾਊਸ ਨੂੰ ਨਾਲ ਖੜਨਾ ਚਾਹੁੰਦੇ ਹੋ, ਤਾਂ ਉਹ ਆਪਣੇ ਸਪਾਊਸ ਈਵਨ 2 ਬੱਚਿਆਂ ਨੂੰ ਵੀ ਨਾਲ ਤੁਸੀਂ ਖੜ ਸਕਦੇ ਹੋ। ਸੋ ਮੈਂ ਸਮਝਦਾ ਕਿ ਇਸ ਵੇਲੇ ਯੂਕੇ ਦਾ ਜਿਹੜਾ ਸਕਸੈਸ ਰੇਟ ਆ ਉਹ ਬਹੁਤ ਵਧੀਆ ਸਾਹਮਣੇ ਆ ਰਿਹਾ ਹੈਗਾ। ਜਿਹੜੇ ਪਹਿਲੀ ਤਦਾਦ ਦੇ ਵਿੱਚ ਬੱਚੇ ਚੱਲ ਜਾਣਗੇ ਉਹਨਾਂ ਦੀ ਲਾਈਫ ਸੈਟਲ ਹੋ ਜਾਏਗੀ। ਅੱਜ ਜਿਹੜਾ ਬੱਚਾ ਯੂਕੇ ਦੇ ਵਿੱਚ ਰਹਿ ਰਿਹਾ, ਪੜ੍ਹ ਰਿਹਾ, ਉਹ 2.5 ਤੋਂ 3 ਲੱਖ ਰੁਪਈਆ ਮਹੀਨਾ ਕਮਾ ਰਿਹਾ। ਅੱਜ ਜਿਹੜੀ ਯੂਕੇ ਦੀ ਕਰੰਸੀ ਆ, ਤੁਸੀਂ ਨੈੱਟ 'ਤੇ ਵੀ ਸਰਚ ਕਰ ਸਕਦੇ ਹੋ ਕਿ ਪਾਊਂਡ ਦਾ ਰੇਟ ਕੀ ਹੈਗਾ। ਸੋ ਅੱਜ ਮੈਂ ਸਮਝਦਾ ਕਿ 85 ਰੁਪਏ ਤੋਂ ਲੈ ਕੇ ਅਤੇ 90 ਰੁਪਏ ਤੱਕ ਪਾਊਂਡ ਦਾ ਰੇਟ ਚੱਲ ਰਿਹਾ ਹੈਗਾ। ਸਭ ਨੂੰ ਜਿਹੜੀ ਹੈਗੀ ਮਹਿੰਗੀ ਕਰੰਸੀ ਜਿਹੜੀ ਹੈਗੀ ਯੂਕੇ ਦੀ ਹੈਗੀ ਆ। ਸੋ ਜਿਹੜੇ ਵਿਦਿਆਰਥੀ ਯੂਕੇ ਜਾ ਕੇ ਆਪਣਾ ਕੈਰੀਅਰ ਸੈਟਲ ਕਰਨਾ ਚਾਹੁੰਦੇ ਵਿਦਾਊਟ ਆਇਲਸ ਯੂਕੇ ਜਾਣ ਦਾ, ਉਹਨਾਂ ਕੋਲ ਸੁਨਹਿਰੀ ਮੌਕਾ ਹੈਗਾ। ਸੋ ਇਸ ਤੋਂ ਪਹਿਲਾਂ ਕਿ ਬਹੁਤ ਰਸ਼ ਪਵੇ, ਵੀਜ਼ੇ ਰਿਫਿਊਜ਼ ਹੋਣੇ ਸ਼ੁਰੂ ਹੋਣ, ਇਸ ਵੇਲੇ ਵੀਜ਼ੇ ਲੱਗ ਰਹੇ ਨੇ, ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਓ ਔਰ ਯੂਕੇ ਦੇ ਵਿੱਚ ਜਾ ਕੇ ਤੁਸੀਂ ਆਪਣਾ ਚੰਗਾ ਭਵਿੱਖ ਜਿਹੜਾ ਉਹ ਬਣਾ ਸਕਦੇ ਹੋ। ਸੋ ਕਿਵੇਂ ਬਿਨਾਂ ਇੰਗਲਿਸ਼ ਤੋਂ ਕਿਵੇਂ ਯੂਕੇ ਜਾ ਸਕਦੇ? ਕਿ ਬੱਚੇ ਨੂੰ ਪਹਿਲਾਂ ਅੰਗਰੇਜ਼ੀ ਪੜ੍ਹਨੀ ਪਊਗੀ ਜਿਵੇਂ ਕੈਨੇਡਾ ਅਤੇ ਆਸਟ੍ਰੇਲੀਆ ਜਾ ਕੇ ਬੱਚਾ ਪੜ੍ਹਦਾ ਹੈ, ਸੇਮ ਉਵੇਂ ਅੰਗਰੇਜ਼ੀ ਯੂਕੇ ਪੜ੍ਹਨੀ ਪਊ? ਨਹੀਂ, ਇਹਦੇ ਵਿੱਚ ਯੂਨੀਵਰਸਿਟੀ ਨੇ ਕੈਸ਼ ਲੈਟਰ ਜਾਂ ਆਫਰ ਲੈਟਰ ਦੇਣ ਤੋਂ ਪਹਿਲਾਂ ਇੱਕ ਹੀ ਰਿਕੁਆਇਰਮੈਂਟ ਰੱਖੀ ਆ ਕਿ ਜਿਹੜੇ ਬੱਚਿਆਂ ਨੇ ਸਟੱਡੀ ਇੰਗਲਿਸ਼ ਮੀਡੀਅਮ ਦੇ ਵਿੱਚ ਕੀਤੀ ਆ ਜਾਂ ਉਹਨਾਂ ਦੇ ਇੰਗਲਿਸ਼ ਦੇ ਵਿੱਚੋਂ 65% ਨੰਬਰ ਨੇ, ਅਤੇ ਉਹ ਬਿਨਾਂ ਆਇਲਸ ਸਾਡੀ ਯੂਨੀਵਰਸਿਟੀ ਦੇ ਵਿੱਚ ਆ ਕੇ ਪੜ੍ਹ ਸਕਦੇ ਨੇ। ਇੱਕ ਜਸਟ ਇੰਟਰੋਡਕਸ਼ਨ ਟਾਈਪ ਜਿਹੜੀ ਯੂਨੀਵਰਸਿਟੀ ਜਿਹੜੀ ਆ ਉਹ ਟੈਲੀਫੋਨਿਕ ਜਾਂ ਸਕਾਈਪ ਇੰਟਰਵਿਊ ਲੈਂਦੀ ਆ, ਬੰਦੇ ਨਾਲ ਗੱਲਬਾਤ ਕਰਦੀ ਹੈ ਕਿ ਬੱਚਾ ਉੱਥੇ ਆ ਕੇ ਪੜ੍ਹਾਈ ਕਰ ਸਕਦਾ ਹੈ। ਉਸ ਤੋਂ ਬਾਅਦ ਬੱਚੇ ਦੀ ਆਫਰ ਲੈਟਰ ਔਰ ਕੈਸ਼ ਲੈਟਰ ਇਸ਼ੂ ਕਰ ਦਿੱਤੀ ਜਾਂਦੀ ਹੈ ਔਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਇੰਗਲਿਸ਼ ਕੋਰਸ ਹੈ ਜਿਹੜਾ ਉਹ ਐਲੀ ਕੋਰਸ ਵੀ ਉਹਨੂੰ ਕਹਿ ਦਿੰਦੇ ਉਹ ਨਹੀਂ ਕਰਨਾ ਪਊਗਾ। ਮੇਨ ਕੋਰਸ ਦੇ ਵਿੱਚ ਤੁਹਾਡੀ ਜਿਹੜੀ ਹੈਗੀ ਆ ਉਹ ਸਟੱਡੀ ਹੋਏਗੀ ਔਰ ਸਟੱਡੀ ਦੇ ਨਾਲ ਨਾਲ 20 ਘੰਟੇ ਕੰਮ ਕਰ ਸਕਦੇ ਹੋ। ਉਸ ਤੋਂ ਬਾਅਦ ਤੁਹਾਨੂੰ ਫੁੱਲ ਟਾਈਮ ਜਿਹੜਾ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਜੀ, ਸੋ ਇੱਕ ਵੀ ਗੱਲ ਚਰਚਾ ਵਿੱਚ ਆਈ ਸੀ ਕਿ ਜਿਹੜੇ ਵਿਆਹੇ ਕਪਲ ਨੇ, ਹਸਬੈਂਡ ਵਾਈਫ ਨੇ, ਉਹ ਡਿਪੈਂਡੈਂਟ ਕੇਸ 'ਤੇ ਵੀ ਅਪਲਾਈ ਕੀਤਾ ਜਾ ਸਕਦਾ, ਸਪਾਊਸ ਕੇਸ ਵੀ ਅਪਲਾਈ ਕਰ ਸਕਦੇ। ਸੋ ਥੋੜ੍ਹੀ ਜਾਣਕਾਰੀ ਸਪਾਊਸ ਵੀਜ਼ਾ ਬਾਰੇ। ਸਪਾਊਸ ਵੀਜ਼ਾ 'ਤੇ ਜਾਣ ਵਾਲੇ ਵਿਦਿਆਰਥੀਆਂ ਲਈ ਜਿਹੜਾ ਮੇਨ ਐਪਲੀਕੈਂਟ ਹੈ ਉਹ ਗ੍ਰੈਜੂਏਟ ਹੋਣਾ ਚਾਹੀਦਾ ਔਰ ਤੁਸੀਂ ਆਪ ਈਵਨ ਮੈਰਿਡ ਹੋ, ਜੇ ਤੁਹਾਡੇ 2 ਬੱਚੇ ਵੀ ਹੈਗੇ ਨੇ ਤੁਸੀਂ ਉਹਨਾਂ ਨੂੰ ਵੀ ਨਾਲ ਖੜ ਸਕਦੇ ਹੋ। ਸੋ ਉਹਦੇ ਲਈ ਐਕਸਟਰਾ ਕੀ ਹੈਗਾ ਕਿ ਜਿਹੜਾ ਤੁਹਾਡੇ ਜਿਹੜੇ ਡਿਪੈਂਡੈਂਟ ਨੇ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਜਿਹੜਾ ਹੈਗਾ ਐਟਲੀਸਟ 10 ਲੱਖ ਦੇ ਕਰੀਬ 28 ਦਿਨ ਪੁਰਾਣੇ ਫੰਡ ਹੋਣੇ ਚਾਹੀਦੇ ਔਰ ਉਹਨਾਂ ਨੂੰ ਵੀ ਤੁਸੀਂ ਨਾਲ ਖੜ ਸਕਦੇ। ਉਹਨਾਂ ਲਈ ਕੋਈ ਜ਼ਿਆਦਾ ਲੰਬੀ ਚੌੜੀ ਰਿਕੁਆਇਰਮੈਂਟ ਨਹੀਂ ਹੈ ਔਰ ਤੁਹਾਡਾ ਜਿਹੜਾ ਸਪਾਊਸ ਹੋਏਗਾ ਉੱਥੇ ਜਾ ਕੇ ਫੁੱਲ ਟਾਈਮ ਜਿਹੜਾ ਉਹ ਕੰਮ ਕਰ ਸਕਦਾ ਹੈਗਾ। ਜੀ, ਸੋ ਜੇਕਰ ਤੁਸੀਂ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੇ ਹੋ, ਹਸਬੈਂਡ ਵਾਈਫ ਇਕੱਠੇ ਜਾਣਾ ਚਾਹੁੰਦੇ ਸੀ, ਲੱਗਦਾ ਹੈ ਕਿ ਹੁਣ ਕੋਈ ਹੋਰ ਰਸਤਾ ਨਹੀਂ ਬਚਿਆ, ਬਹੁਤ ਸਾਰੇ ਕੰਸਲਟੈਂਟ ਕਹਿ ਰਹੇ ਕਿ ਤੁਸੀਂ ਸ਼ੈਨਗਨ ਚਲ ਜਾਓ, ਸ਼ੈਨਗਨ ਦੇ ਵਿੱਚ ਤੁਸੀਂ ਜਾ ਸਕਦੇ ਹੋ, ਸਵੀਡਨ 'ਚ ਜਾ ਸਕਦੇ ਹੋ, ਹਸਬੈਂਡ ਵਾਈਫ ਜਾ ਸਕਦੇ ਹੋ, ਤਾਂ ਯੂਕੇ ਵੀ ਇੱਕ ਬਹੁਤ ਵਧੀਆ ਆਪਸ਼ਨ ਤੁਹਾਡੇ ਲਈ ਉੱਭਰ ਕੇ ਸਾਹਮਣੇ ਆਈ ਹੈ। ਯੂਕੇ ਦੇ ਵਿੱਚ ਤੁਸੀਂ ਆਪਣੇ ਡਿਪੈਂਡੈਂਟ ਨੂੰ ਲੈ ਕੇ ਜਾ ਸਕਦੇ ਹੋ, ਪਰ ਸ਼ਰਤ ਇੱਕੋ ਹੀ ਹੈ ਕਿ ਤੁਸੀਂ ਮਿਨੀਮਮ ਗ੍ਰੈਜੂਏਟ ਹੋਣੇ ਚਾਹੀਦੇ ਹੋ। ਤੁਸੀਂ BA ਕੀਤੀ ਹੋਣੀ ਚਾਹੀਦੀ ਹੈ, BSc ਕੀਤੀ ਹੋਣੀ ਚਾਹੀਦੀ ਹੈ, BCA ਕੀਤੀ ਹੋਣੀ ਚਾਹੀਦੀ ਹੈ, BCOM ਕੀਤੀ ਹੋਣੀ ਚਾਹੀਦੀ ਹੈ, ਯਾਨੀ ਘੱਟੋ ਘੱਟ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ ਜੇਕਰ ਤੁਸੀਂ ਮਾਸਟਰਸ ਕੋਰਸ ਲਈ ਜਾਣਾ ਚਾਹੁੰਦੇ ਹੋ, ਆਪਣੇ ਡਿਪੈਂਡੈਂਟ ਨੂੰ ਨਾਲ ਲੈ ਕੇ ਜਾ ਸਕਦੇ ਹੋ। ਸੋ ਡਿਪੈਂਡੈਂਟਲੀ ਕੀ ਆਪਸ਼ਨਸ ਕੀ ਰਹਿਣਗੀਆਂ ਉੱਥੇ, ਕੀ ਉਹਨੂੰ ਵਰਕ ਰਾਈਟਸ ਹੋਣਗੇ ਉੱਥੇ? ਹਾਂਜੀ, ਜਿਹੜਾ ਵੀ ਦੇਖੋ ਅੱਜ ਤੋਂ ਪਹਿਲਾਂ ਜਿਹੜਾ ਡਿਪੈਂਡੈਂਟ ਜਾਂਦਾ ਸੀ ਉਹਨੂੰ 40 ਘੰਟੇ ਕੰਮ ਕਰਨ ਦੀ ਪਰਮਿਸ਼ਨ, ਲਗਭਗ ਫੁੱਲ ਟਾਈਮ ਹੀ ਉਹਨੂੰ ਕਹਿ ਸਕਦੇ ਆ। ਸੋ ਯੂਕੇ ਗਵਰਨਮੈਂਟ ਕਾਫੀ ਲੀਨੀਅਟ ਹੋ ਰਹੀ ਹੈ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਕੇ। ਸੋ ਅੱਜ ਤੋਂ ਪਹਿਲਾਂ ਜਿਹੜਾ ਉਹ ਸਟੱਡੀ ਤੋਂ ਬਾਅਦ ਬੱਚਿਆਂ ਨੂੰ ਵਾਪਸ ਆਉਣਾ ਪੈਂਦਾ ਸੀ, ਉਸ ਤੋਂ ਬਾਅਦ ਉਹਨਾਂ ਨੇ 6 ਮੰਥ ਦਾ ਪੋਸਟ ਸਟੱਡੀ ਵਰਕ ਪਰਮਿਟ ਅਨਾਊਂਸ ਕੀਤਾ, ਬਟ ਕੁਛ ਦਿਨ ਪਹਿਲਾਂ ਯੂਕੇ ਗਵਰਨਮੈਂਟ ਨੇ ਜਿਹੜਾ ਹੈਗਾ
ਇਸ ਚੀਜ਼ ਨੂੰ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਉਹ ਪਾਸ ਕਰਕੇ 2 ਸਾਲ ਦਾ ਇੰਟਰਨੈਸ਼ਨਲ ਸਟੂਡੈਂਟ ਲਈ ਪੋਸਟ ਸਟੱਡੀ ਵਰਕ ਪਰਮਿਟ ਜਿਹੜਾ ਉਹ ਇਸ਼ੂ ਕਰ ਜਿਹੜਾ ਉਹ ਦੇਣ ਦੇ ਐਲਾਨ ਕਰ ਦਿੱਤਾ। ਸੋ ਮੈਂ ਸਮਝਦਾ ਕਿ UK ਜਾਣ ਵਾਲੇ ਵਿਦਿਆਰਥੀ ਪਹਿਲਾਂ ਇਹ ਸੋਚਦੇ ਕਿ ਉੱਥੇ ਪੜ੍ਹਾਈ ਕਰਕੇ ਸਾਨੂੰ ਵਾਪਸ ਆਉਣਾ ਪਏਗਾ। ਸੋ ਉਹਨਾਂ ਲਈ ਇਹ ਬਹੁਤ ਖੁਸ਼ਖਬਰੀ ਹੈਗੀ, ਇੱਕ ਤਰ੍ਹਾਂ ਦੀ ਬ੍ਰੇਕਿੰਗ ਨਿਊਜ਼ ਹੈਗੀ ਹੈ ਕਿ ਉੱਥੇ ਪੜ੍ਹਾਈ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਸੋ 2 ਸਾਲ ਤੁਸੀਂ ਉੱਥੇ ਰਹਿ ਕੇ ਚੰਗਾ ਐਕਸਪੀਰੀਅੰਸ ਹਾਸਲ ਕਰ ਸਕਦੇ ਹੋ, ਚੰਗੇ ਪੈਸੇ ਕਮਾ ਸਕਦੇ ਹੋ ਔਰ ਪੈਸੇ ਕਮਾ ਕੇ ਆਪਣੀ ਲਾਈਫ ਜਿਹੜੀ ਹੈ ਉਹ ਤੁਸੀਂ ਸੈੱਟ ਕਰ ਸਕਦੇ ਹੋ ਜੀ। ਸੋ JP ਇੱਕ ਸਵਾਲ ਹੋਰ ਦੱਸੋ ਮੈਨੂੰ, 5.5 ਬੈਂਡ 'ਤੇ ਬੱਚਿਆਂ ਨੇ ਕੈਨੇਡਾ ਅਪਲਾਈ ਕੀਤਾ, ਰਿਫਿਊਜ਼ ਹੋ ਗਏ, ਫਿਰ ਆਸਟ੍ਰੇਲੀਆ ਡਿਪਲੋਮੇ 'ਤੇ ਅਪਲਾਈ ਕੀਤਾ ਉਹ ਵੀ ਰਿਫਿਊਜ਼ ਹੋ ਗਏ, ਕੀ ਉਹ 5.5 ਵਾਲੇ ਇੱਧਰ UK ਕਰ ਸਕਦੇ ਅਪਲਾਈ? ਹਾਂਜੀ, ਜਿਵੇਂ ਰਿਕੁਆਇਰਮੈਂਟ ਆਪਾਂ ਪਹਿਲਾਂ ਵੀ ਡਿਸਕਸ ਕੀਤੀਆਂ ਹੈਗੀਆਂ ਮਨੀਸ਼ ਜੀ, ਕਿ ਜਿਨ੍ਹਾਂ ਬੱਚਿਆਂ ਦੇ ਇੰਗਲਿਸ਼ ਸਬਜੈਕਟ 'ਚੋਂ 65% ਨੰਬਰ, ਜੇ ਉਹ ਨਹੀਂ ਹੈਗੇ ਇੰਗਲਿਸ਼ ਸਬਜੈਕਟ 'ਚੋਂ 65% ਨੰਬਰ, ਉਹ ਵਿਦਾਊਟ ਆਇਲਸ ਅਪਲਾਈ ਕਰ ਸਕਦੇ ਆ। ਸੋ ਜੇ ਕਿਸੇ ਦੇ 65% ਤੋਂ ਘੱਟ ਨੰਬਰ ਹੈ, ਯਾਨੀ ਕਿ 55 ਏ ਜਾਂ 50% ਆ, ਉਹਨਾਂ ਨੂੰ ਆਇਲਸ ਕਰਨੀ ਪਏਗੀ। ਆਇਲਸ ਦੇ ਵਿੱਚੋਂ 5.5 ਬੈਂਡ ਈਚ ਮੋਡਿਊਲ ਚਾਹੀਦੇ, ਯਾਨੀ ਕਿ ਕਿਸੇ ਵੀ ਇੱਕ ਮੋਡਿਊਲ ਦੇ ਵਿੱਚ 5.5 ਤੋਂ ਘੱਟ ਨਹੀਂ ਹੋਣੇ ਚਾਹੀਦੇ। ਇੱਕ 'ਚੋਂ 5 ਰਹਿ ਗਏ ਉਹ ਨਹੀਂ ਕਰ ਸਕਦਾ? ਨਹੀਂ, ਉਹ ਨਹੀਂ ਕਰ ਸਕਦਾ। 5.5 ਈਚ ਬੈਂਡ ਚਾਹੀਦੇ ਹੈਗੇ ਜਿਨ੍ਹਾਂ ਦੇ ਇੰਗਲਿਸ਼ 'ਚੋਂ 65% ਤੋਂ ਘੱਟ ਨੰਬਰ ਨੇ। ਸੋ ਉਹ ਵਿਦਿਆਰਥੀ 5.5 ਈਚ ਬੈਂਡ ਲੈ ਕੇ UK ਦੇ ਵਿੱਚ ਪੜ੍ਹਾਈ ਕਰਨ ਜਾ ਸਕਦੇ ਹੈਗੇ ਆ। ਔਰ ਇਸ ਵੇਲੇ UK ਗੌਰਮੈਂਟ ਬਹੁਤ ਜ਼ਿਆਦਾ ਲੀਨੀਅਟ ਆ, ਵੀਜ਼ਾ ਦੇਣ ਦੇ ਮੂਡ ਦੇ ਵਿੱਚ ਆ, ਭਰ ਭਰ ਵੀਜ਼ੇ ਮਿਲਣੇ ਹੈਗੇ ਆ। ਜਲਦੀ ਤੋਂ ਜਲਦੀ ਵੀਜ਼ਾ ਅਪਲਾਈ ਕਰੋ, ਰਿਕੁਆਇਰਮੈਂਟ ਕੋਈ ਡਿਫੀਕਲਟ ਨਹੀਂ ਆ। ਸਾਡੀ ਟੀਮ ਜਿਹੜੀ ਹੈਗੀ ਆ ਉਹ ਤੁਹਾਡੇ ਨਾਲ ਹੈਗੀ ਆ, ਤੁਹਾਡੀ ਫਾਈਲ ਦੇ ਉੱਤੇ ਵਰਕ ਕਰੇਗੀ। ਸੋ ਆਲਰੇਡੀ ਜਿਵੇਂ ਮੈਂ ਦੱਸਿਆ ਕਿ ਸਿਰਫ 28 ਦਿਨ ਪੁਰਾਣੇ ਫੰਡ ਚਾਹੀਦੇ ਆ, ਕਿਸੇ ਤਰ੍ਹਾਂ ਦੀ ਹੋਰ ਰਿਕੁਆਇਰਮੈਂਟ ਨਹੀਂ ਹੈਗੀ। ਸਿਰਫ ਯੂਨੀਵਰਸਿਟੀ ਵੱਲੋਂ ਇੱਕ ਇੰਟਰੋਡਕਸ਼ਨ ਤੌਰ 'ਤੇ ਤੁਹਾਡੀ ਇੰਟਰਵਿਊ ਲਈ ਜਾਏਗੀ, ਉਹਦੀ ਤਿਆਰੀ ਅਸੀਂ ਪਹਿਲਾਂ ਕਰਵਾਵਾਂਗੇ। ਔਰ ਅੰਬੈਸੀ ਵੱਲੋਂ ਇੰਟਰਵਿਊ ਨਹੀਂ ਲਈ ਜਾ ਰਹੀ, ਵਿਦਾਊਟ ਇੰਟਰਵਿਊ ਜਿਹੜੇ ਉਹ ਵੀਜ਼ੇ ਆ ਰਹੇ ਹੈਗੇ ਨੇ, ਔਰ ਵੀਜ਼ਾ ਸਕਸੈਸ ਰੇਟ ਜਿਹੜਾ ਬਹੁਤ ਵਧੀਆ ਆ ਰਿਹਾ ਹੈ। ਕਿੰਨੇ ਇਨਵੋਲਵ ਇਹਦੇ ਵਿੱਚ, ਬੱਚੇ ਨੂੰ ਕੀ ਖਰਚੇ ਕਰਨੇ ਪੈਣਗੇ? ਦੇਖੋ, ਇਹਦੇ ਵਿੱਚ ਸਿਰਫ ਬੱਚੇ ਨੂੰ ਜਿਹੜੀ ਹੈਗੀ ਅੰਬੈਸੀ ਫੀਸ ਦੇਣੀ ਹੈ ਔਰ ਟਿਊਸ਼ਨ ਫੀਸ ਦੇਣੀ ਆ। ਯੂਨੀਵਰਸਿਟੀ ਵੀ ਬੜੀਆਂ ਆਸਾਨ, ਮਤਲਬ ਜਿਹੜੀ ਬੱਚੇ ਨੂੰ ਇੱਕ ਰਿਲੀਫ ਦਿੰਦੀ ਹੈ ਕਿ 6 ਮਹੀਨੇ ਦੀ ਫੀਸ, ਜਿਵੇਂ ਕੈਨੇਡਾ ਜਾਣ ਵਾਲੇ ਬੱਚਿਆਂ ਲਈ ਸਾਲ ਦੀ ਫੀਸ ਭਰਨੀ ਹੁੰਦੀ ਹੈ, GIC ਭਰਨਾ ਹੁੰਦਾ। ਸੋ ਇੱਥੇ ਕੰਪਲਸਰੀ ਨਹੀਂ ਹੈਗਾ, ਕੋਈ GIC ਨਹੀਂ ਭਰਨਾ, ਸਿਰਫ 6 ਮਹੀਨੇ ਦੀ ਫੀਸ ਭਰੋ। 6 ਮਹੀਨੇ ਦੀ ਫੀਸ ਭਰ ਕੇ ਤੁਸੀਂ UK ਦੇ ਵਿੱਚ ਜਾ ਸਕਦੇ ਹੋ। ਜੇ ਮੈਂ ਫੀਸ ਦੀ ਗੱਲ ਕਰਾਂ ਤਾਂ 5 ਤੋਂ 6 ਲੱਖ ਰੁਪਏ ਦੇ ਕਰੀਬ ਫੀਸ ਹੈਗੀ ਹੈ। ਸੋ ਈਜ਼ੀਲੀ ਉਹ 6 ਮਹੀਨੇ ਦੀ, ਇਹ 6 ਮਹੀਨੇ ਦੀ ਹੈ। ਸੋ ਟੋਟਲ ਜਿਹੜੇ ਬੱਚਿਆਂ ਦੇ ਅਕੈਡਮਿਕ ਸਕੋਰ ਵਧੀਆ ਹੈਗੇ, ਯਾਨੀ ਕਿ 75 ਤੋਂ 80% ਆ, ਉਹਨਾਂ ਨੂੰ 2000 ਤੋਂ ਲੈ ਕੇ £4000 ਤੱਕ ਦੀ ਸਕਾਲਰਸ਼ਿਪ ਵੀ ਯੂਨੀਵਰਸਿਟੀ ਦੇ ਰਹੀ ਹੈਗੀ ਹੈ। ਸੋ ਇਸ ਤੋਂ ਇਲਾਵਾ ਖਰਚੇ ਅੰਬੈਸੀ ਫੀਸ ਹੋ ਗਈ, ਇਹਦੇ ਵਿੱਚ ਕੋਈ ਮੈਡੀਕਲ ਇੰਸ਼ੋਰੈਂਸ ਵੀ? ਮੈਡੀਕਲ ਇੰਸ਼ੋਰੈਂਸ ਵੀ ਹੁੰਦੀ ਹੈਗੀ, ਹੈਲਥ ਕਵਰ। ਹੈਲਥ ਕਵਰ ਤਾਂ ਦੇਖੋ, ਜਦੋਂ ਵੀ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ, ਉਹ ਤੁਹਾਡੀ ਸੇਫਟੀ ਲਈ ਹੈ। ਉੱਥੇ ਜਾ ਕੇ ਜੇ ਤੁਸੀਂ ਕੋਈ ਬਿਮਾਰ ਹੁੰਦੇ ਹੋ ਜਾਂ ਕੋਈ ਵੀ ਤੁਹਾਡੇ ਨਾਲ ਮਿਸ ਹੈਪਨਿੰਗ ਹੁੰਦੀ ਆ, ਤਾਂ ਜੇ ਤੁਹਾਡੇ ਕੋਲ ਹੈਲਥ ਕਵਰ ਹੈਗਾ ਤਾਂ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ। ਜੇ ਉਹ ਖਰਚੇ ਕਿੰਨੇ ਹੋਣਗੇ ਦੇ ਆਈਡੀਆ ਕੁਛ, ਜੇ ਸਟੂਡੈਂਟ ਨੂੰ ਦਿੱਤਾ ਜਾ ਸਕੇ ਕਿ ਜੇ UK ਜਾਣਾ ਹੈ ਤਾਂ ਘੱਟੋ ਘੱਟ ਉਹਦਾ ਬਜਟ ਇੰਨਾ ਕੁ ਹੋਣਾ ਚਾਹੀਦਾ? ਦੇਖੋ, UK ਜਾਣ ਵਾਲੇ ਵਿਦਿਆਰਥੀਆਂ ਲਈ ਜਿਹੜਾ ਬਜਟ ਹੈਗਾ, ਮਤਲਬ 5 ਲੱਖ ਤੋਂ ਲੈ ਕੇ 6 ਲੱਖ ਦੇ ਕਰੀਬ ਫੀਸ ਹੈਗੀ ਹੈ, ਅਤੇ 2 ਕੁ ਲੱਖ ਰੁਪਇਆ ਹੋਰ ਖਰਚੇ ਪਾ ਲਓ, ਜਿਹਦੇ ਵਿੱਚ ਇਹ ਟਿਕਟ, ਤੁਹਾਡੀ ਇੰਸ਼ੋਰੈਂਸ, ਤੁਹਾਡੀ ਅੰਬੈਸੀ ਫੀਸ, ਇਹ ਸਾਰੇ ਮਿਲਾ ਕੇ ਯਾਨੀ ਕਿ 8 ਕੁ ਲੱਖ ਰੁਪਏ ਦੇ ਵਿੱਚ ਤੁਸੀਂ UK ਪਹੁੰਚ ਸਕਦੇ ਜੀ। ਸੋ 8 ਲੱਖ ਦੇ ਕਰੀਬ ਖਰਚਾ ਹੈ, ਬਾਕੀ ਵੇਰੀ ਕਰਦਾ ਯੂਨੀਵਰਸਿਟੀ ਟੂ ਯੂਨੀਵਰਸਿਟੀ। 15 ਕੁ ਲੱਖ ਰੁਪਏ ਦੇ ਫੰਡ ਚਾਹੀਦੇ ਆ, 28 ਦਿਨ ਪੁਰਾਣੇ, 6 ਮਹੀਨੇ ਦੀ ਫੀਸ ਭਰ ਕੇ ਤੁਸੀਂ UK ਜਾ ਸਕਦੇ ਹੋ। ਇਕੱਲੇ ਹੋ, ਇਕੱਲੇ ਜਾ ਸਕਦੇ ਹੋ, ਸਪਾਊਸ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਡਿਪੈਂਡੈਂਟ ਨੂੰ, ਤਾਂ ਤੁਸੀਂ ਮਿਨੀਮਮ ਗ੍ਰੈਜੂਏਟ ਹੋਣੇ ਚਾਹੀਦੇ ਹੋ। ਇਨਰ ਲੰਡਨ ਯੂਨੀਵਰਸਿਟੀਜ਼ ਨੇ, ਆਊਟਰ ਲੰਡਨ ਯੂਨੀਵਰਸਿਟੀਜ਼ ਨੇ, ਬਹੁਤ ਸਾਰੀ ਯੂਨੀਵਰਸਿਟੀਜ਼ ਨੇ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਅੱਜ ਫੀਸ ਆਫਟਰ ਵੀਜ਼ਾ ਦੇ ਨਾਮ 'ਤੇ ਕਾਲਜਿਸ ਨੂੰ ਪ੍ਰਮੋਟ ਕੀਤਾ ਜਾ ਰਿਹਾ, ਕਾਲਜਿਸ ਵਿੱਚ ਤੁਹਾਨੂੰ ਪਾਇਆ ਜਾ ਰਿਹਾ, ਪਰ ਹੱਥ ਜੋੜ ਕੇ ਬੇਨਤੀ ਹੈ ਕਾਲਜਾਂ ਵਿੱਚ ਨਾ ਜਾਓ, ਕਿਤੇ ਫਿਰ ਨਾ 2009-10 ਵਾਲਾ ਦੌਰ ਦੁਹਰਾਇਆ ਜਾਵੇ। ਪ੍ਰਾਈਵੇਟ ਕਾਲਜਾਂ ਵਿੱਚ ਤੁਹਾਨੂੰ ਅਪਲਾਈ ਕਰਵਾਇਆ ਗਿਆ ਸੀ, ਵੀਜ਼ੇ ਰਿਫਿਊਜ਼ ਹੋ ਜਾਣ, ਫੀਸਾਂ ਫਸ ਜਾਣ, ਫਿਰ ਕੱਲ੍ਹ ਅਸੀਂ ਕੰਪਲੇਟਾਂ ਕਰਦੇ ਫਿਰਾਂਗੇ, ਏਜੰਟ ਨੂੰ ਮਾੜਾ ਕਹਿੰਦੇ ਫਿਰਾਂਗੇ। ਅੱਜ ਅਸੀਂ ਕਿਉਂ ਫੀਸ ਆਫਟਰ ਵੀਜ਼ਾ ਦੇ ਲਾਲਚ ਦੇ ਵਿੱਚ ਕਾਲਜਾਂ ਵਿੱਚ ਜਾ ਰਹੇ ਹਾਂ? ਕਾਲਜ ਬਲੈਕਲਿਸਟ ਹੋਏ ਸੀ, ਪਹਿਲਾਂ ਵੀ ਫੀਸਾਂ ਬੱਚਿਆਂ ਦੀਆਂ ਫਸ ਗਈਆਂ ਸੀ, ਹਰ ਇੱਕ ਏਜੰਟ ਦੇ ਕਰੀਬ 3-4 ਕਰੋੜ ਰੁਪਇਆ ਫਸ ਗਿਆ ਸੀ ਉਹਦੇ ਕਾਲਜਾਂ ਦੇ ਨਾਮ 'ਤੇ। ਸੋ ਸਿਰਫ ਔਰ ਸਿਰਫ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰੋ ਜਿਹੜੀ ਰਿਕੋਗਨਾਈਜ਼ਡ ਆ, ਜਿਹਦੇ ਤੁਹਾਨੂੰ ਲੱਗਦਾ ਹੈ ਕਿ ਫੀਸ ਨਹੀਂ ਫਸਣੀ। ਯੂਨੀਵਰਸਿਟੀ 'ਚ ਅਪਲਾਈ ਕਰੋ, ਆਇਲਸ ਹੈਗੀ ਆ, ਵੈਲ ਐਂਡ ਗੁੱਡ, ਨਹੀਂ ਹੈਗੀ ਬਿਨਾਂ ਆਇਲਸ ਅਪਲਾਈ ਕਰ ਸਕਦੇ ਹੋ। ਸ਼ਰਤ ਇੱਕੋ ਹੀ ਆ, 12ਵੀਂ ਵਿੱਚੋਂ ਅੰਗਰੇਜ਼ੀ ਵਿੱਚ
ਤੁਹਾਡੇ 65% ਨੰਬਰ ਹੋਣੇ ਚਾਹੀਦੇ ਆ। ਤੁਸੀਂ ਡਿਪੈਂਡੈਂਟ ਕੇਸ ਅਪਲਾਈ ਕਰਨਾ ਚਾਹੁੰਦੇ ਹੋ, ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਘੱਟੋ ਘੱਟ ਤੁਹਾਡੀ ਪੜ੍ਹਾਈ ਗ੍ਰੈਜੂਏਸ਼ਨ ਹੋਣੀ ਚਾਹੀਦੀ, ਤੁਸੀਂ ਬੀ ਏ ਪਾਸ ਹੋਣੇ ਚਾਹੀਦੇ ਹੋ। ਸੋ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜਲੰਧਰ ਆਫਿਸ ਅਤੇ ਅੰਮ੍ਰਿਤਸਰ ਆਫਿਸ 9172311111 9172411111 ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਸੋ ਜੇ ਵੀ ਇੱਕ ਚੀਜ਼ ਹੋਰ ਦੱਸੋ ਕਿ ਇਹਦੇ ਵਿੱਚ ਕੋਈ ਸਟੱਡੀ ਦੀ ਰੈਲੀਵੈਂਸੀ ਦੀ ਵੀ ਜਿਹੜੀ ਜ਼ਰੂਰਤ ਹੁੰਦੀ, ਜਿਵੇਂ ਕੈਨੇਡਾ ਦਾ ਆਪਾਂ ਕਹਿੰਦੇ ਹਾਂ ਕਿ ਕੋਰਸ ਰੈਲੀਵੈਂਟ ਹੋਣਾ ਚਾਹੀਦਾ, ਉਵੇਂ ਕਿ ਇਹਦੇ ਵਿੱਚ ਵੀ ਰੈਲੀਵੈਂਸੀ ਚਾਹੀਦੀ ਹੈ? ਨਹੀਂ, ਯੂਕੇ ਦੀ ਜੇ ਮੈਂ ਗੱਲ ਕਰਾਂ ਤਾਂ ਯੂਕੇ ਦੇ ਵਿੱਚ ਕੋਰਸ ਰੈਲੀਵੈਂਸੀ ਨੂੰ ਲੈ ਕੇ ਕੋਈ ਵੀ ਇਸ਼ੂ ਨਹੀਂ ਹੈਗਾ। ਸੋ ਲਾਸਟ ਜਿਹੜਾ ਇੱਕ ਸਾਡੇ ਕੋਲ ਕੈਂਡੀਡੇਟ ਸੀ, ਉਹਨੇ ਬੀ ਡੀ ਐੱਸ ਕੀਤੀ ਸੀ। ਸੋ ਬੀ ਡੀ ਐੱਸ ਤੋਂ ਬਾਅਦ ਅਸੀਂ ਉਹਦਾ ਬਿਜ਼ਨਸ ਦੇ ਕੋਰਸ ਦੇ ਵਿੱਚ ਵੀਜ਼ਾ ਅਪਲਾਈ ਕੀਤਾ ਅਤੇ ਉਹਦਾ ਵੀਜ਼ਾ ਆ ਗਿਆ। ਸੋ ਕੋਰਸ ਰੈਲੀਵੈਂਸੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ। ਤੁਸੀਂ ਕਿਸੇ ਵੀ ਪ੍ਰੋਫਾਈਲ ਦੇ ਹੋ, ਕੋਈ ਵੀ ਕੋਰਸ ਕਰਨਾ ਜਾਣਾ ਚਾਹੁੰਦੇ ਹੋ, ਸਿਰਫ ਦੋ ਹੀ ਰਿਕੁਆਇਰਮੈਂਟ ਅੱਗੇ ਵੀ ਮੈਂ ਪਹਿਲਾਂ ਦੱਸੀਆਂ ਸੀ ਕਿ 15 ਲੱਖ ਰੁਪਈਆ 28 ਦਿਨ ਪੁਰਾਣੇ ਫੰਡ ਚਾਹੀਦੇ, ਅਤੇ ਜਿਹੜੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਪੜ੍ਹਨ ਜਾਣਾ ਹੈ ਉਹਦੀ ਕੈਸ਼ ਲੈਟਰ ਚਾਹੀਦੀ। 30 ਨੰਬਰ ਉਹਦੇ ਦਿੰਦੇ ਨੇ, 10 ਨੰਬਰ ਜਿਹੜੇ ਉਹ ਫੰਡ ਦੇ ਦਿੰਦੇ, ਟੋਟਲ 40 ਨੰਬਰ ਜਦੋਂ ਮੈਚ ਹੋ ਜਾਂਦੇ ਆ ਅਤੇ ਯੂਕੇ ਹਾਈ ਕਮਿਸ਼ਨ ਉਹਨੂੰ ਵੀਜ਼ਾ ਗ੍ਰਾਂਟ ਕਰ ਦਿੰਦਾ। ਬੱਚੇ ਡਰਦੇ ਇੰਟਰਵਿਊ ਤੋਂ? ਡਰਦੇ ਬੱਚੇ ਇੰਟਰਵਿਊ ਤਾਂ ਹੈ ਹੀ ਨਹੀਂ ਹੈ। ਇੰਟਰਵਿਊ ਤਾਂ ਯੂਕੇ ਹਾਈ ਕਮਿਸ਼ਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਇੰਟਰਵਿਊ ਨਹੀਂ ਲਈ ਜਾਂਦੀ। ਸੋ ਯੂਨੀਵਰਸਿਟੀ ਇੱਕ ਬਰੀਫ ਜੀ ਇੰਟਰਵਿਊ ਲੈਂਦੀ ਆ, ਉਹ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪਹਿਲਾਂ ਸਾਡੀ ਟੀਮ ਤੁਹਾਨੂੰ ਇੰਟਰਵਿਊ ਦੀ ਤਿਆਰੀ ਕਰਵਾਈ ਜਾਏਗੀ। ਸਾਡੀ ਟੀਮ ਜਦੋਂ ਇੰਟਰਵਿਊ ਦੀ ਤਿਆਰੀ ਕਰਵਾਏਗੀ, ਜਸਟ ਇੰਟਰੋਡਕਸ਼ਨ ਆ ਕਿ ਟੈਲ ਮੀ ਸਮਥਿੰਗ ਅਬਾਊਟ ਯੂਅਰ ਸੈਲਫ, ਵਾਈ ਯੂ ਵਾਂਟ ਟੂ ਗੋ ਯੂਕੇ, ਸੋ ਵਾਈ ਯੂ ਚੂਜ਼ ਦਿਸ ਯੂਨੀਵਰਸਿਟੀ, ਵਾਈ ਯੂ ਚੂਜ਼ ਦਿਸ ਕੋਰਸ। ਸੋ ਇਹੋ ਜਿਹੇ ਕੋਰਸ, ਇਹੋ ਜਿਹੇ ਕੁਸ਼ਚਨ ਹੁੰਦੇ ਆ, ਇਹ ਤੁਹਾਡੇ ਰਿਲੇਟਡ ਹੀ ਹੈਗੇ ਜਿਹੜੇ ਤੁਸੀਂ ਯੂਕੇ ਜਾ ਕੇ ਪੜ੍ਹਾਈ ਕਰਨੀ, ਇਹਦੀ ਤਿਆਰੀ ਅਸੀਂ ਕਰਵਾਵਾਂਗੇ, ਕਿਸੇ ਵੀ ਤਰ੍ਹਾਂ ਦੀ ਡਰਨ ਦੀ ਜ਼ਰੂਰਤ ਨਹੀਂ ਹੈ। ਸੋ ਜਿਹੜੇ ਬੱਚਿਆਂ ਦੇ ਆਇਲਸ ਦੇ ਵਿੱਚੋਂ 5.5 ਈਚ ਬੈਂਡ ਹੈ, ਉਹਦੀ ਇੰਟਰਵਿਊ ਨਹੀਂ ਹੁੰਦੀ। ਜਿਨ੍ਹਾਂ ਦੇ 65% ਨੰਬਰ ਹੈਗੇ ਨੇ ਉਹਨਾਂ ਦੀ ਵੀ ਇੰਟਰਵਿਊ ਨਹੀਂ ਹੁੰਦੀ ਹੈਗੀ। ਸੋ ਬਹੁਤ ਸਾਰੇ ਜਿਨ੍ਹਾਂ ਦੇ ਅਕੈਡਮਿਕ ਸਕੋਰ ਕਿਸੇ ਵੇਲੇ ਓਵਰਆਲ ਘੱਟ ਹੁੰਦੇ ਆ, ਉਹਦੀ ਇੰਟਰਵਿਊ ਹੋ ਜਾਂਦੀ ਹੈ। ਔਰ ਇੰਟਰਵਿਊ ਤੋਂ ਮੈਂ ਸਮਝਦਾ ਡਰਨ ਦੀ ਜ਼ਰੂਰਤ ਨਹੀਂ ਹੈਗੀ, ਇੱਕ ਇੰਟਰਵਿਊ ਬੇਮਮੂਲੀ ਜੀ ਹੈਗੀ, ਉਹਨੂੰ ਤੁਸੀਂ ਫੇਸ ਕਰੋਗੇ, ਤੁਹਾਡਾ ਹੀ ਬੈਨੀਫਿਟ। 65% ਤੁਸੀਂ ਨੰਬਰ ਕਹਿੰਦੇ ਹੋ ਕਿ ਅੰਗਰੇਜ਼ੀ 'ਚ ਚਾਹੀਦੇ ਆ, ਓਵਰਆਲ ਬੱਚੇ ਦੇ ਕਿੰਨੇ ਨੰਬਰ ਚਾਹੀਦੇ 12ਵੀਂ 'ਚੋਂ? ਓਵਰਆਲ ਕੰਸਿਡਰ ਨਹੀਂ ਕਰਦੇ, ਓਵਰਆਲ ਚਾਹੇ ਤੁਹਾਡੇ 50% ਵੀ ਨੰਬਰ ਹੋਣ, ਬਟ ਉਹਨਾਂ ਦੀ ਇੱਕ ਹੀ ਸ਼ਰਤ ਹੈਗੀ ਆ ਕਿ ਇੰਗਲਿਸ਼ ਦੇ ਵਿੱਚੋਂ ਤੁਹਾਡੇ 65% ਨੰਬਰ ਹੋਣੇ ਚਾਹੀਦੇ, ਓਵਰਆਲ ਚਾਹੇ 50% ਵੀ ਹੋਣ, 55% ਵੀ ਹੋਣ, ਬਟ ਸ਼ਰਤ ਇੱਕ ਹੀ ਆ, ਇੰਗਲਿਸ਼ ਦੇ ਵਿੱਚੋਂ 65% ਨੰਬਰ ਹੋਣੇ ਚਾਹੀਦੇ ਆ, ਜਿਹੜੇ ਵੀ ਪੰਜਾਬ ਬੋਰਡ ਐਜੂਕੇਸ਼ਨ ਬੋਰਡ ਤੋਂ ਜਿਨ੍ਹਾਂ ਨੇ ਪਲੱਸ ਟੂ ਕੀਤੀ ਹੈ, ਜਿਹੜੇ CBSE ਪਾਸ ਆਊਟ ਨੇ ਉਹਨਾਂ ਦੇ 60% ਵੀ ਨੰਬਰ ਹੋਣ ਤਾਂ ਵੀ ਚੱਲਣ ਜੀ। ਸੋ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਕਿ JP ਸਿੰਘ ਜੀ ਗੱਲਬਾਤ ਕਰ ਰਹੇ ਨੇ, ਅੰਮ੍ਰਿਤਸਰ ਜਲੰਧਰ ਆਫਿਸ ਮਿਲ ਸਕਦੇ ਹੋ 9172311111 9172411111 ਨੰਬਰ 'ਤੇ ਸੰਪਰਕ ਕਰਕੇ। ਆਲਰੇਡੀ ਲੱਗੇ ਵੀਜ਼ੇ ਲੱਗੇ ਵੇਖਣੇ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਯੂਕੇ ਪਹਿਲੇ ਪੂਰ ਦੇ ਵਿੱਚ ਭਰ ਗੱਫੇ ਦਊਗਾ, ਦੂਜੇ ਪੂਰ 'ਚ ਭਰ ਗੱਫੇ ਦਊਗਾ, ਪਰ ਜਦੋਂ ਸਿਸਟਮ ਅਬਿਊਸ ਕਰਨਾ ਸ਼ੁਰੂ ਕਰ ਦਿੱਤਾ ਕੰਸਲਟੈਂਟ ਭਰਾਵਾਂ ਵੱਲੋਂ, ਤਾਂ ਯੂਕੇ ਰਿਫਿਊਜ਼ਲ ਦੇਣੀ ਵੀ ਬਹੁਤ ਜਲਦੀ ਸ਼ੁਰੂ ਕਰ ਦੂਗਾ। ਇਹ ਗੱਲਾਂ ਨੋਟ ਕਰ ਲਵੋ, ਚੰਗੇ ਪ੍ਰੋਫਾਈਲ ਆ ਤੁਹਾਡੇ ਤਾਂ ਹੁਣੇ ਯੂਕੇ ਜਾਣਾ ਚਾਹੁੰਦੇ ਹੋ ਤਾਂ ਅਪਲਾਈ ਕਰ ਲਓ, ਸੋਚਣ ਦੀ ਲੋੜ ਨਹੀਂ, ਸਮਾਂ ਖਰਾਬ ਨਾ ਕਰੋ। 9172311111 9172411111 ਨੰਬਰ 'ਤੇ ਸੰਪਰਕ ਕਰ ਸਕਦੇ ਹੋ। JP ਜੀ ਕੋਈ ਮੈਸੇਜ ਕੋਈ ਸੁਨੇਹਾ ਦੇਣਾ ਚਾਹੋ ਬੱਚਿਆਂ ਨੂੰ? ਸੋ ਲਾਸਟ 'ਤੇ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਇਸ ਵੇਲੇ ਯੂਕੇ ਗੌਰਮੈਂਟ ਤੁਹਾਨੂੰ ਵੈਲਕਮ ਕਰ ਰਹੀ ਹੈਗੀ ਆ, ਤੁਹਾਨੂੰ ਜੀ ਆਇਆਂ ਕਹਿ ਰਹੀ ਆ, ਇਸ ਮੌਕੇ ਦਾ ਲਾਭ ਉਠਾਓ। ਜਿਹੜੇ ਵਿਦਿਆਰਥੀ ਯੂਕੇ ਦੇ ਵਿੱਚ ਪੜ੍ਹਾਈ ਕਰਨਾ ਜਾਣਾ ਚਾਹੁੰਦੇ ਉਹਨਾਂ ਲਈ ਸੁਨਹਿਰੀ ਮੌਕਾ ਹੈਗਾ। ਕਿਸੇ ਤਰ੍ਹਾਂ ਦੀ ਕੁਸ਼ਚਨ ਯੂਕੇ ਨੂੰ ਲੈ ਕੇ ਤੁਸੀਂ ਪੁੱਛਣਾ ਚਾਹੁੰਦੇ ਹੋ, ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਸਕਰੀਨ 'ਤੇ ਡਿਸਪਲੇ ਹੋ ਰਹੇ ਨੰਬਰਾਂ 'ਤੇ ਕਾਲ ਕਰਕੇ ਮੈਨੂੰ ਮਿਲਣ ਲਈ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ। ਸੋ ਮੈਂ ਅੰਮ੍ਰਿਤਸਰ ਅਤੇ ਜਲੰਧਰ ਆਫਿਸ ਦੇ ਵਿੱਚ ਅਵੇਲੇਬਲ ਹੁੰਦਾ ਮੰਡੇ ਟੂ ਲੈ ਕੇ ਸੈਟਰਡੇ ਤੱਕ। ਜਲੰਧਰ ਹਫ਼ਤੇ ਦੇ ਵਿੱਚ ਮੈਂ 3 ਦਿਨ ਹੁੰਦਾ ਹੈ, ਮੰਗਲਵਾਰ, ਸ਼ੁੱਕਰਵਾਰ ਅਤੇ ਵੀਰਵਾਰ ਮੈਂ ਜਲੰਧਰ ਆਫਿਸ ਹੁੰਦਾ, ਬਾਕੀ ਦਿਨ ਮੈਂ ਅੰਮ੍ਰਿਤਸਰ ਆਫਿਸ ਹੁੰਦਾ। ਸੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ, ਕਿਸੇ ਤਰ੍ਹਾਂ ਦੀ ਕੋਈ ਚੀਜ਼ ਡਿਸਕਸ ਕਰਨਾ ਚਾਹੁੰਦੇ ਹੋ, ਚਾਹੇ ਤੁਸੀਂ ਕਿਸੇ ਹੋਰ ਵੀ ਦੇਸ਼ ਦੇ ਵਿੱਚ ਜਾਣਾ ਹੈ, ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ, ਨਿਊਜ਼ੀਲੈਂਡ ਜਾਣਾ, ਜਾਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ, ਕਿਸੇ ਤਰ੍ਹਾਂ ਦੀ ਵੀ ਕੋਈ ਕੁਐਰੀ ਹੈਗੀ ਹੈ, ਮੈਨੂੰ ਮਿਲਣਾ ਚਾਹੁੰਦੇ ਆ ਕੇ ਮਿਲ ਸਕਦੇ ਹੋ। ਸੋ ਇਸ ਵੇਲੇ ਯੂਕੇ ਗੌਰਮੈਂਟ ਬਹੁਤ ਲੀਨੀਅੰਟ ਹੋਈ ਆ, ਵੀਜ਼ਾ ਦੇਣ ਦੇ ਮੂਡ ਦੇ ਵਿੱਚ ਆ। ਸੋ ਬਾਅਦ 'ਚੋਂ ਤੁਹਾਡਾ ਮੌਕਾ ਜਿਹੜਾ ਇਹ ਹੱਥੋਂ ਨਾ ਨਿਕਲ ਜਾਏ। ਸੋ ਇਸ ਲਈ ਯੂਕੇ ਜਾਣ ਲਈ ਜਲਦੀ ਤੋਂ ਜਲਦੀ ਆਪਣੀ ਫਾਈਲ ਅਪਲਾਈ ਕਰੋ,
ਔਰ ਆਪਣਾ ਵੀਜ਼ਾ ਅਪਲਾਈ ਕਰਕੇ ਯੂਕੇ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ। ਪੜ੍ਹਾਈ ਤੋਂ ਬਾਅਦ ਯੂਕੇ ਵਿੱਚ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਵੀ ਮਿਲੇਗਾ। ਸੋ ਚੰਗੇ ਪੈਸੇ ਕਮਾ ਕੇ ਆਪਣਾ ਚੰਗਾ ਫਿਊਚਰ ਬਣਾ ਸਕਦੇ ਹੋ ਜੀ। ਸੋ ਜੇਕਰ ਤੁਸੀਂ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੇ ਹੋ, ਹਸਬੈਂਡ ਵਾਈਫ ਇਕੱਠੇ ਜਾਣਾ ਚਾਹੁੰਦੇ ਸੀ, ਲੱਗਦਾ ਹੈ ਕਿ ਹੁਣ ਕੋਈ ਹੋਰ ਰਸਤਾ ਨਹੀਂ ਬਚਿਆ, ਬਹੁਤ ਸਾਰੇ ਕੰਸਲਟੈਂਟ ਕਹਿ ਰਹੇ ਕਿ ਤੁਸੀਂ ਸ਼ੈਨਗਨ ਚਲ ਜਾਓ, ਸ਼ੈਨਗਨ ਦੇ ਵਿੱਚ ਤੁਸੀਂ ਜਾ ਸਕਦੇ ਹੋ, ਸਵੀਡਨ 'ਚ ਜਾ ਸਕਦੇ ਹੋ, ਹਸਬੈਂਡ ਵਾਈਫ ਜਾ ਸਕਦੇ ਹੋ, ਤਾਂ ਯੂਕੇ ਵੀ ਇੱਕ ਬਹੁਤ ਵਧੀਆ ਆਪਸ਼ਨ ਤੁਹਾਡੇ ਲਈ ਉੱਭਰ ਕੇ ਸਾਹਮਣੇ ਆਈ ਹੈ। ਯੂਕੇ ਦੇ ਵਿੱਚ ਤੁਸੀਂ ਆਪਣੇ ਡਿਪੈਂਡੈਂਟ ਨੂੰ ਲੈ ਕੇ ਜਾ ਸਕਦੇ ਹੋ, ਪਰ ਸ਼ਰਤ ਇੱਕੋ ਹੀ ਹੈ ਕਿ ਤੁਸੀਂ ਮਿਨੀਮਮ ਗ੍ਰੈਜੂਏਟ ਹੋਣੇ ਚਾਹੀਦੇ ਹੋ। ਤੁਸੀਂ BA ਕੀਤੀ ਹੋਣੀ ਚਾਹੀਦੀ ਹੈ, BSc ਕੀਤੀ ਹੋਣੀ ਚਾਹੀਦੀ ਹੈ, BCA ਕੀਤੀ ਹੋਣੀ ਚਾਹੀਦੀ ਹੈ, BCOM ਕੀਤੀ ਹੋਣੀ ਚਾਹੀਦੀ ਹੈ, ਯਾਨੀ ਘੱਟੋ ਘੱਟ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ ਜੇਕਰ ਤੁਸੀਂ ਮਾਸਟਰਸ ਕੋਰਸ ਲਈ ਜਾਣਾ ਚਾਹੁੰਦੇ ਹੋ, ਆਪਣੇ ਡਿਪੈਂਡੈਂਟ ਨੂੰ ਨਾਲ ਲੈ ਕੇ ਜਾ ਸਕਦੇ ਹੋ। ਸੋ ਡਿਪੈਂਡੈਂਟ ਲਈ ਕੀ ਆਪਸ਼ਨਸ ਕੀ ਰਹਿਣਗੀਆਂ ਉੱਥੇ, ਕੀ ਉਹਨੂੰ ਵਰਕ ਰਾਈਟਸ ਹੋਣਗੇ ਉੱਥੇ? ਹਾਂਜੀ, ਜਿਹੜਾ ਵੀ ਦੇਖੋ ਅੱਜ ਤੋਂ ਪਹਿਲਾਂ ਜਿਹੜਾ ਡਿਪੈਂਡੈਂਟ ਜਾਂਦਾ ਸੀ ਉਹਨੂੰ 40 ਘੰਟੇ ਕੰਮ ਕਰਨ ਦੀ ਪਰਮਿਸ਼ਨ, ਲਗਭਗ ਫੁੱਲ ਟਾਈਮ ਹੀ ਉਹਨੂੰ ਕਹਿ ਸਕਦੇ। ਸੋ ਯੂਕੇ ਗਵਰਨਮੈਂਟ ਕਾਫੀ ਲੀਨੀਅਟ ਹੋ ਰਹੀ ਹੈ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਕੇ। ਸੋ ਅੱਜ ਤੋਂ ਪਹਿਲਾਂ ਜਿਹੜਾ ਉਹ ਸਟੱਡੀ ਤੋਂ ਬਾਅਦ ਬੱਚਿਆਂ ਨੂੰ ਵਾਪਸ ਆਉਣਾ ਪੈਂਦਾ ਸੀ, ਉਸ ਤੋਂ ਬਾਅਦ ਉਹਨਾਂ ਨੇ 6 ਮੰਥ ਦਾ ਪੋਸਟ ਸਟੱਡੀ ਵਰਕ ਪਰਮਿਟ ਅਨਾਊਂਸ ਕੀਤਾ। ਬਟ ਕੁਛ ਦਿਨ ਪਹਿਲਾਂ ਯੂਕੇ ਗਵਰਨਮੈਂਟ ਨੇ ਜਿਹੜਾ ਹੈਗਾ ਇਸ ਚੀਜ਼ ਨੂੰ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਉਹ ਪਾਸ ਕਰਕੇ 2 ਸਾਲ ਦਾ ਇੰਟਰਨੈਸ਼ਨਲ ਸਟੂਡੈਂਟ ਲਈ ਪੋਸਟ ਸਟੱਡੀ ਵਰਕ ਪਰਮਿਟ ਜਿਹੜਾ ਉਹ ਇਸ਼ੂ ਕਰ ਜਿਹੜਾ ਉਹ ਦੇਣ ਦਾ ਐਲਾਨ ਕਰ ਦਿੱਤਾ। ਸੋ ਮੈਂ ਸਮਝਦਾ ਕਿ ਯੂਕੇ ਜਾਣ ਵਾਲੇ ਵਿਦਿਆਰਥੀ ਪਹਿਲਾਂ ਇਹ ਸੋਚਦੇ ਕਿ ਉੱਥੇ ਪੜ੍ਹਾਈ ਕਰਕੇ ਸਾਨੂੰ ਵਾਪਸ ਆਉਣਾ ਪਏਗਾ। ਸੋ ਉਹਨਾਂ ਲਈ ਇਹ ਬਹੁਤ ਖੁਸ਼ਖਬਰੀ ਹੈਗੀ, ਇੱਕ ਤਰ੍ਹਾਂ ਦੀ ਬ੍ਰੇਕਿੰਗ ਨਿਊਜ਼ ਹੈਗੀ ਹੈ ਕਿ ਉੱਥੇ ਪੜ੍ਹਾਈ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਸੋ 2 ਸਾਲ ਤੁਸੀਂ ਉੱਥੇ ਰਹਿ ਕੇ ਚੰਗਾ ਐਕਸਪੀਰੀਅੰਸ ਹਾਸਲ ਕਰ ਸਕਦੇ ਹੋ, ਚੰਗੇ ਪੈਸੇ ਕਮਾ ਸਕਦੇ ਹੋ, ਔਰ ਪੈਸੇ ਕਮਾ ਕੇ ਆਪਣੀ ਲਾਈਫ ਜਿਹੜੀ ਹੈ ਉਹ ਤੁਸੀਂ ਸੈੱਟ ਕਰ ਸਕਦੇ ਹੋ ਜੀ। ਸੋ 9127311111 9127411111 ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਵੀਜ਼ਾ ਐਕਸਪਰਟ ਜੇਪੀ ਸਿੰਘ ਜੀ ਗੱਲਬਾਤ ਕਰ ਰਹੇ ਸੀ, ਫਿਲਹਾਲ ਜਾ ਚਾਹੁੰਦੇ ਜੇਪੀ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਧੰਨਵਾਦ। ਮੇਰਾ ਨਾਮ ਅੰਮ੍ਰਿਤਪਾਲ ਕੌਰ ਸਿੱਧੂ ਹੈ, ਮੈਂ ਡਿਸਟ੍ਰਿਕਟ ਲੁਧਿਆਣਾ ਦੀ ਰਹਿਣ ਵਾਲੀ ਹਾਂ। ਰੀਸੈਂਟ ਮੈਂ ਕੈਨੇਡਾ ਤੋਂ ਰਿਫਿਊਜ਼ ਨਾ, ਦੈਨ ਮੈਂ ਫੇਸਬੁੱਕ 'ਤੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀ ਐਡ ਦੇਖੀ, ਦੈਨ ਮੈਂ ਯੂਕੇ ਵੀਜ਼ਾ ਅਪਲਾਈ ਕੀਤਾ, ਵਿਦ ਇਨ ਅ ਵੀਕ ਆਈ ਗੋਟ ਮਾਈ ਵੀਜ਼ਾ। ਮੇਰਾ ਨਾਮ ਕੋਮਲਪ੍ਰੀਤ ਕੌਰ ਹੈ, ਮੈਂ ਬਿਆਸ ਦੀ ਰਹਿਣ ਵਾਲੀ ਹਾਂ। ਮੈਂ ਪਹਿਲਾਂ ਕੈਨੇਡਾ ਅਤੇ ਆਸਟ੍ਰੇਲੀਆ ਲਈ ਅਪਲਾਈ ਕੀਤਾ ਸੀ, ਜਿੱਥੇ ਕਿ ਮੇਰੀ ਰਿਫਿਊਜ਼ਲ ਆ ਗਈ ਸੀ। ਫਿਰ ਮੈਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਆਪਣੀ ਫਾਈਲ ਲਗਵਾਈ ਯੂਕੇ ਲਈ। ਅਤੇ ਜੇਕਰ ਤੁਸੀਂ ਵੀ ਆਪਣੀ ਫਾਈਲ ਲਗਵਾਉਣਾ ਚਾਹੁੰਦੇ ਹੋ ਯੂਕੇ ਲਈ, ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਅੰਮ੍ਰਿਤਸਰ ਅਤੇ ਜਲੰਧਰ ਔਫਿਸ, ਅਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਅਤੇ ਆਹ ਮੇਰਾ ਵੀਜ਼ਾ ਅੱਜ ਤੁਹਾਡੇ ਸਾਹਮਣੇ ਹੈ, ਯੂਕੇ ਦਾ ਵੀਜ਼ਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਾਜਪਾਲ ਸਿੰਘ ਹੈ, ਮੈਂ ਸਿਰਸਾ ਹਰਿਆਣਾ ਤੋਂ ਬਿਲੋਂਗ ਕਰਦਾ। ਮੈਂ ਆਪਣੀ ਪਲੱਸ ਟੂ 2014 ਵਿੱਚ ਪਾਸ ਆਊਟ ਕੀਤੀ ਸੀ, ਦੈਨ ਮੈਂ 2 ਸਾਲ ਦਾ ਡਿਪਲੋਮਾ ਸਿੰਗਾਪੁਰ ਤੋਂ ਕੀਤਾ ਸੀ। ਅਗਰ ਤੁਸੀਂ ਵੀ ਸਿੰਗਾਪੁਰ ਪੜ੍ਹੇ ਹੋ ਅਤੇ ਯੂਕੇ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਇਹ ਸਹੀ ਮੌਕਾ, ਤੁਸੀਂ ਯੂਕੇ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ। ਇੱਕ ਵਾਰ ਜ਼ਰੂਰ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨਾਲ ਸੰਪਰਕ ਕਰੋ। ਥੈਂਕ ਯੂ।